ਉਹ ਕੰਮੀ ਗਰਾ ਲਵ ਤੇ ਤੇ ਨਾਲ ਮਿੰਨੋ ਕਿਸੇ ਦੀ ਮੰਮੀ ਬਹੁਤ ਸੋੜੀ ਲੱਗੀ ਸੀ ਬਹੁਤ ਸੋੜੀ ਤੇ ਮੈਂ ਨਾ ਉਹਦੀ ਜੁੰਨੀ ਫੜਿਓ ਤੇ ਪਿੱਛੇ ਪਿੱਛੇ ਚੱਲਣ ਲੱਗ ਪਿਆ ਉਹਦਾ ਉਹ ਕਿਹਜੋਰ ਦੀ ਮੰਮੀ ਨਿਕਲਿਓ ਆਪ ਦੰਨੇ ਨਾਲ ਲੱਗੇ ਤੂੜ ਗਈ ਮੇਨੂੰ ਛੱਡ ਗਈ ਤੇ ਨਾ ਫਿਰ ਬਾਅਦ ਚ ਫੁੱਟ ਕੇ ਮੈਂ ਮੇਲੇ ਦੇ ਅੰਦਰ ਦੇਖਿਆ ਕਿ ਮੇਰਾ ਡੈਡੀ ਜਿਹੜਾ ਦਾ ਉਹ ਵੀਰਾ ਉਹ ਵੀ ਉਹ ਨੂੰਹ ਕੋ ਹੋਰ ਚੰਗੀ ਲੱਗੀ ਉਹ ਵੀ ਕਿਹ ਚੋਰ ਦੀ ਚੁੰਨੀ ਪਾੜ ਕੇ ਪਤਾ ਨਹੀਂ ਕਿੱਥੇ ਚਲਾ ਗਿਆ ਇੱਥੇ ਬੇੜ ਕੋ ਲ ਐਡਰੈਸ ਸੀਗਾ ਅਗਲਾ ਬੋਲਾ ਮੈਂ ਸੋਚਿਆ ਚੱਲ ਬਹੁਤ ਚੰਗੀ ਪਲੋਚਨ ਦੀ ਦੀ ਹੈ ਸਾਡੀ ਵੀ ਮੈਂ ਇਹਦੇ ਚੱਲ ਜਾਨਾ ਇੱਥੇ ਆਇਆ ਤਾਂ ਪਤਾ ਲੱਗਾ ਉਹ ਵੀ ਕਿ ਜਦਾ ਹੱਥ ਪਾੜ ਕੇ ਪਤਾ ਨਹੀਂ ਕਿੱਥੇ ਚੱਲ ਗਈ ਹਾਏ ਦੇਖੀ ਮੈਂ ਨੂੰਹ ਕੋ ਗੋਦ ਲੈ ਲਓ ਬੇਰੋ ਤੁਸੀਂ ਜੇ ਨਾ ਮੈਨੂੰ ਗੋਦ ਲੈਣਾ ਚਾਹੁੰਦੇ ਤਾਂ 347252123 ਤੇ ਫੋਨ ਕਰ ਲਿਓ ਹਰ ਨਾ ਨਾਲੇ ਨਾ ਸਾਡੇ ਇੰਡੀਆ ਦੇ ਵਿੱਚ ਨਾ ਜਦੋਂ ਵੀ ਕੋਈ ਚੀਜ਼ ਸੇਤ ਤੇ ਲੱਗਦੀ ਇੱਕ ਨਾਲ ਇੱਕ ਫਰੀ ਮਿਲਦਾ ਦਾ ਤੇ ਨਾ ਐਦਾ ਕਰਕੇ ਆ ਮੇਲਾ ਆੜੀ ਆੜੀ ਆ ਬਚਵੰਦਾ ਆੜੀ ਆ ਮੇਲਾ ਆਲਾ ਖਾਲਾ ਹਰ ਖਲਦਾ ਵੀ ਨਹੀਂ ਤਾਂ ਬਹੁਤ ਚੰਗਾ ਹੈ ਤਾਂ ਕੋਈ ਖਰਚਾ ਵੀ ਨਹੀਂ ਸਾਨੂੰ ਦੋਨਾਂ ਨੂੰ ਦੇ ਕੇ ਅਮਰੀਕੇ ਵਲਾ ਲਓ ਨੀ ਤਾਂ ਮੈਂ ਕਿੱਥੇ ਜਾਊਗਾ ਕਹਦੇ ਨਾ ਪੁੱਤ ਬਣਾਉਣ ਜਮੀਨਾਂ ਧੀਆ ਦੁੱਖ ਬਣਾ ਦਿਆਂ ਦੇ ਤੇ ਨਾ ਮੈਂ ਕਿਸੇ ਤੋਂ ਕਦੇ ਵੀ ਨਹੀਂ ਕਹਾਂਗਾ ਕਿ ਮੇਰੇ ਨਾਂ ਕੋਈ ਜ਼ਮੀਨ ਲਵਾ ਦਿਓ ਮੈਂ ਕਿਸੇ ਨੂੰ ਕੁਝ ਨਹੀਂ ਕਹਾਂਗਾ ਤੁਸੀਂ ਸਿੱਧਾ ਆਪਣਾ ਪਲਾਟ ਲੈ ਕੇ ਮੈਨੂੰ ਕੋਠੀ ਪਾ ਦਿਓ ਬਸ ਹਾਂ ਮੈਂ ਕਿਸੇ ਨੂੰ ਕੁਝ ਨਹੀਂ ਕਹਾਂਗਾ ਉਪਰੋਂ ਲੋਕਾਂ ਦੇ ਮੰਮੀ ਡੈਡੀ ਨੇ ਚੰਗੇ ਹੁੰਦੇ ਉਹਨਾਂ ਦੇ ਨਿਆਣੇ ਗੁੰਮਦੇ ਤਾਂ ਨਾ ਅਖਬਾਰਾਂ ਚ ਜਿੱਦੀ ਵੱਡੀ ਫੋਟੋ ਲਾ ਕੇ ਇਸ਼ਤਿਹਾਰ ਲਾ ਲੈਂਦੇ ਨਾਲ ਕਈ ਬੜੀ ਰੋਂਦਿਆਂ ਦੀ ਆਪਦੀ ਵੀ ਫੋਟੋ ਲਾ ਦਿੰਦੇ ਮੇਰੇ ਆਲਿਆਂ ਨੇ ਤਾਂ ਲਗਾਤਾ ਹਏ ਬੀਛਾ ਤੇ ਕਦੇ ਮੁੜਕੇ ਨਹੀਂ ਆਉਣਾ ਹਲਕੀ ਮੈਂ ਕਿੱਥੇ ਆਉਂਗਾ ਨਾਲੇ ਨਾ ਮੈਂ ਨਾ ਬਿਲਕੁਲ ਵੀ ਕਿਸੇ ਦੇ ਕਿਸੇ ਨੂੰ ਕਦੇ ਵੀ ਤੰਗ ਨਹੀਂ ਕੀਤਾ ਆਪਦੀ ਮਰਜ਼ੀ ਦੇ ਨਾਲ ਜਿੱਦਾਂ ਤੁਸੀਂ ਕਹੋਗੇ ਮੈਂ ਉਦਾਂ ਰਹੂੰ ਤੁਹਾਡੇ ਘਰ ਦੇ ਵਿੱਚ ਪਰ ਨਾ ਮੈਨੂੰ ਐਤ ਕੀ ਬਾਰੇ ਨਾ ਆਪਦੀ ਪਸੰਦ ਦੇ ਮੰਮੀ ਡੈਡੀ ਚਾਹੀਦੇ ਤੇ ਜਿਹੜਾ ਮੰਮੀ ਡੈਡੀ ਹੁਣ ਮੈਨੂੰ ਆਪ ਦਾ ਚੁੰਗੀ ਤਰ੍ਹਾਂ ਨਾਲ ਮੈਂ ਜਿੱਥੇ ਕਮਾ ਕਮਾਣ ਲੈ ਕੇ ਜਾਣ ਜਿੱਥੇ ਮੈਂ ਕਮ ਨੂੰ ਉਹ ਚੀਜ਼ ਖਵਾਨ ਲੈ ਕੇ ਜਾਣ ਜਿਹੜੀ ਵੀ ਚੀਜ਼ ਦੀ ਮੇਰੀ ਡਿਮਾਂਡ ਹੋਊ ਨਾ ਮੈਨੂੰ ਉਹ ਚੀਜ਼ ਲੱਗ ਦੇਣ ਮੈਂ ਦੇਖੋ ਮੈਂ ਮਰਜੀ ਨਾਲ ਸਕੂਲ ਜਾ ਗਲੂਆ ਵੀਜਦਾ ਮੈਂ ਐਤਵਾਰ ਨੂੰ ਛੁੱਟੀ ਹੁੰਦੀ ਇੱਥੇ ਮੈਂ ਤੁਸੀਂ ਕਹ ਲਓ ਵੀ ਮੈਂ ਸੋਮਵਾਰ ਮੰਗ ਕੇ ਬੁੱਧਵਾਰ ਦੀ ਸਾਲਾ ਨਾ ਛੁੱਟੀ ਮਾ ਲਿਆ ਕਰਨੀਆਂ ਮੈਂ ਨਹੀਂ ਜਾ ਜੂਗਾ ਨਾ ਨਾਲੇ ਨਾ ਮੈਨੂੰ ਕੀ ਕਹਿੰਦਾ ਸੀ ਇੱਥੇ ਨਾ ਇੱਥੇ ਬਬਲੂ ਕੰਮ ਕਰਦਾ ਮੈਨੂੰ ਕਹਿੰਦਾ ਵੀ ਨਾ ਜੇ ਤੈਨੂੰ ਕਿਸੇ ਨਾਲ ਗੋਦ ਨਾਲ ਲੈ ਤੈਨੂੰ ਮੈਂ ਗੋਦ ਲੈ ਲੂੰ ਤੇ ਨਾ ਮੈਂ ਗਿਆ ਮੈਂ ਗਿਆ ਵੀ ਦੇਖੀ ਵੀ ਉਦੋਂ ਬਾਅਦ ਤੂੰ ਮੈਨੂੰ ਕੀ ਕਰਾਇਗਾ ਮੈਂ ਘਰ ਦੇ ਵਿੱਚ ਕਹਿੰਦਾ ਜਦੋਂ ਮੈਂ ਚਾਹ ਲੂੰ ਬੋਚ ਲੈ ਆਉਂ ਆ ਬੈਠ ਜਾਂਦਾ ਇਹ ਨਾ ਮੈਨੂੰ ਫੋਨ ਕਰਕੇ ਗੋਦ ਲੈ ਲਓ ਜੇ ਕਿਸੇ ਨਾਲ ਲਾਲਾ ਕੱਲ੍ਹ ਗੋਦ ਹੈਗਾ ਕੋਈ ਲੈਣ ਆਲਾ ਬिडੂ ਹੈ ਹੈਲੋ ਅਲ ਦੁਗਾ ਹੈਲੋ ਹਾਏ ਦੇਖ ਹਲੋ ਸਤਰੀਕਾਲ ਆਂਟੀ ਜੀ ਹਲੋ ਹਸੀ ਗਾਲ ਆਂਟੀ ਤੂੰ ਕਿੱਥੋਂ ਬੋਲਦੇ ਮੈਂ ਬਜਿੰਨੀ ਆ ਤੂੰ ਬੋਲਦੀ ਆ ਬਣਾਉਣਾ ਮੇਰਾ ਬਣਾਉ ਖਨਾਏ ਸਰ ਮੈਂ ਤਾਂ ਬਹੁਤ ਬੈਂਗਰ ਨਹੀਂ ਬੋਲਣਾ ਹੁੰਦਾ ਜੱਜ ਨਾਲ ਮੈਂ ਐਡਾ ਬਡਾ ਨਾ ਕਿੱਥੋਂ ਲੈ ਲੂੰ ਇਹ ਤਾਂ ਬਹੁਤ ਛੋਟਾ ਨਾ ਆ ਕਾਕੇ ਤੈਨੂੰ ਕਿਉਂ ਬੋਲਣਾ ਆਂਦਾ ਆਜੀ ਤੂੰ ਜੀ ਤੁਹਾਡਾ ਸ਼ਹਿਰ ਕਿਦੋਂ ਨਾ ਕਿਹੜਾ ਆਂਦੇ ਸ਼ਹਿਰ ਤਾਂ ਪਤਾ ਲੱਗੇ ਨਾ ਕੀ ਆ ਮੇਰਾ ਨਾਮ ਬੱਬੂ ਆ ਅੱਛਾ ਆਂਟੀ ਦੇਖੀ ਤੋਦੇ ਤੋਦੇ ਬਣਾ ਮੈਨੂੰ ਗੋਦ ਲੈ ਸਕਦੇ ਹਾਂ ਗੋਦ ਲੈ ਆਂਟੀ ਤਾਂ ਕੋਈ ਪ੍ਰੋਬਲਮ ਨਹੀਂ ਆ ਪਰ ਆ ਇੱਥੇ ਸਾਡੇ ਤਾਂ ਆਪਣੇ ਹੁੰਨਿਆਣੇ ਹੈਗੇ ਇੱਥੇ ਸਾਹਮਣੇ ਤੈਨੂੰ ਪਤਾ ਹੀ ਆ ਮੈਰੀ ਕਹੇ ਔਖਾ ਆ ਜਾਂ ਫਿਰ ਫਿਰ ਕਿਉਂ ਆਪਾਂ ਪਤਾ ਨਹੀਂ ਕਿਦਾਂ ਦੀਆਂ ਹੁੰਦੀਆਂ ਆਉਣ ਤੇਰੀ ਆਤ ਤੱਕ ਕਿਦਾਂ ਦੀਆਂ ਆ ਨਾ ਨੀ ਨੀ ਦੇਦੀ ਮੈਂ ਦੇਖ ਲਓ ਮੈਂ ਨਾ ਘਰ ਦੇ ਵਿੱਚ ਕੋਈ ਵੀ ਉਹ ਜੋ ਕੰਮ ਨਹੀਂ ਜਿਹਦਾ ਮੈਂ ਨਾ ਕਰ ਸਕਦਾ ਮੈਂ ਸਾਰੇ ਕੰਮ ਕਰ ਲੈਣਾਂ ਹੂੰ ਨਾ ਮੈਂ ਜਿਹੜੇ ਤੁਸੀਂ ਚੀਜ਼ਾਂ ਸੈੱਟ ਕਰਕੇ ਰੱਖੂਗੇ ਮੈਂ ਸਾਰੀਆਂ ਆਪ ਸੈੱਟ ਕਰ ਦੇਣੀ ਆ ਲੈ ਲਓ ਤੇ ਕੀ ਅੱਧਾ ਉੱਧੇ ਇੱਥੇ ਆ ਜਾ ਸਾਡੇ ਕੋਲ ਆਲਾ ਗੋਦ ਲੈਣ ਦੀ ਜਰੂਰਤ ਨਹੀਂ ਉੱਧੇ ਹੀ ਅਸੀਂ ਰੱਖ ਲਾਂਗੇ ਹਾਏ ਮਿੰਨੂ ਇਹ ਗੋਦ ਨਹੀਂ ਲਊਗਾ ਫਿਰ ਮੈਨੂੰ ਮੇਲੇ 'ਚ ਵਾਪਸ ਜਾਣਾ ਪੈਣਾ ਦੇਖਿਓ ਆਂਟੀ ਲੈ ਲਓ ਉਹ ਚਲੋ ਠੀਕ ਹੈ ਸੋਚਾਂਗੇ ਫਿਰ ਆ ਤੁਸੀਂ ਅੰਕਲ ਜੀ ਨੇ ਸਲਾ ਲੈ ਲਿਓ ਅੱਛਾ ਚਲੋ ਬੈਠੀ ਨੀ ਲਾ ਗੋਤਮ ਮੈਂ ਕਾ ਤੇ ਗੱਲ ਕਰਾ ਤੁਹਾਡੇ ਨਾਲ ਬਾਏ ਬਾਏ ਦੇਖੀ ਜਨ ਕੋਈ ਗੋਤ ਨਹੀਂ ਲੈ ਲਿਆ ਵੀਰੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਆਂਟੀ ਸਤਿ ਸ਼੍ਰੀ ਅਕਾਲ ਬੇਟਾ ਤੂੰ ਕਿਉਂ ਰੋਈ ਜਾਣਾ ਆਂਟੀ ਦੇਖੇ ਮੇਰੇ ਮੰਮੀ ਡੈਡੀ ਨਾਲ ਮੇਲੇ ਦੇ ਵਿੱਚ ਗਵਾਚ ਗਏ ਮੈਂ ਵੀ ਗਵਾਚ ਗਿਆ ਤੇ ਮੈਂ ਇੱਥੇ ਆਇਆ ਮੈਂ ਕਹਾਂ ਮੈਨੂੰ ਬੀ ਮੈਨੂ ਕੋ ਗੋਦ ਲੈ ਲੋ ਦੇਖੀ ਮੈਂ ਨਾ ਅਮਰੀਕੇ ਜਾਣਾ ਚਾਹੁੰਦਾ ਅੱਛਾ ਅਮਰੀਕੇ ਆਉਣਾ ਚਾਹੁੰਦਾ ਪਰ ਇੱਥੇ ਆ ਕੇ ਤਾਂ ਫਿਰ ਤੈਨੂੰ ਪੜਨਾ ਪੈਣਾ ਕੋਈ ਗੱਲ ਨਹੀਂ ਪੜ ਲਾਂਗੇ ਜਿਹੜੀਆਂ ਪੜਾਈਆਂ ਇੱਥੇ ਮੈਡਮਾਂ ਪੜਨੇ ਪਾਈਆਂ ਉੱਤੇ ਵੀ ਪੜਨੇ ਪਾ ਦਾਂਗੇ ਫਿਰ ਕੀ ਹੋ ਗਿਆ ਆਂਟੀ ਨਾ ਮੈਡਮਾਂ ਨੂੰ ਪੜਨੇ ਪਾਏਗਾ ਕਿ ਤੂੰ ਪੜਨੇ ਜਾਏਗਾ ਮੈਂ ਤਾਂ ਤੇ ਆਪਦੇ ਸਕੂਲਾਂ ਚ ਅੱਜ ਤੱਕ ਮੈਡਮਾਂ ਹੀ ਪੜਨੇ ਪਾਈਆਂ ਬੱਲੇ 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 ਮੈਦੇ ਜਦੋਂ ਆਪ ਤੂੰ ਰੋਣਾ ਤੂੰ ਰੋ ਨਾ ਤੂੰ ਲollipops ਖਾ ਲੈ ਮੈਂ ਤੇ ਮੈਂ ਤੇ ਚਲੋ ਕਹਦੇ ਆ ਖਾ ਖਾ ਕਾ ਕਿ ਤੇ ਮੈਨੂੰ ਸ਼ੂਗਰ ਹੀ ਨਾ ਹੋ ਜੇ ਆ ਇਹ ਨੂੰ ਖਵਾਉਣ ਵਾਸਤੇ ਰੱਖਿਆ ਆਂਟੀ ਦੇਖੇ ਤਾਂ ਡਾਕਟਰ ਮੈਨੂੰ ਸ਼ੂਗਰ ਹੋ ਜਾਊ ਤਾਂ ਸੂਈ ਲਵਾ ਦਾਂਗੇ ਤੈਨੂੰ ਅਸ਼ਿਆ ਹਾਂ ਸੂਈ ਮੈਂ ਨਹੀਂ ਲਵੋਲੀ ਸੂਈ ਦੱਸ ਮੈਨੂੰ ਕਿਉਂ ਜੀ ਮੰਮੀ ਲਾਉਦੀ ਪਈਆ ਪਹਿਲੇ ਦਿਨ ਤੋਂ ਕਹਿੰਦੀ ਸੂਈਆਂ ਲਵਾਉ ਮੈਂ ਤੇਰੇ ਨਹੀਂ ਤੇ ਤੂੰ ਬੰਦਾ ਤਾਂ ਬਣੇਗਾ ਨਾ ਤੂੰ ਪੜੇਗਾ ਪੜਨਾ ਤੂੰ ਨੀਗਾ ਤੂੰ ਹੀ ਤੂੰ ਨੀ ਲੋਣੀ ਪਰ ਤੂੰ ਕਰਨਾ ਕੀ ਅਮਰੀਕਾ ਆ ਕੇ ਮੈਂ ਕੀ ਗੱਲ ਅੱਜ ਜੇ ਤੂੰ ਐਂ ਕਰੀ ਤੈਨੂੰ ਅਸੀਂ ਇਲੈਕਸ਼ਨ ਲੜਾ ਦਾਂਗੇ ਇੱਥੇ ਪ੍ਰੈਜ਼ੀਡੈਂਟ ਦੀ ਉਹ ਕੀ ਹੁੰਦਾ ਤੂੰ ਇੱਥੇ ਆ ਕੇ ਪ੍ਰੈਜ਼ੀਡੈਂਟ ਬਣ ਜੀ ਨਾ ਇੱਥੋਂ ਦਾ ਜਿੱਥੇ ਅੱਛਾ ਅਮਰੀਕਾ ਅਮਰੀਕਾ ਪ੍ਰੈਜ਼ੀਡੈਂਟ ਬੱਚ ਕੋਈ ਗੱਲ ਨਹੀਂ ਮੈਂ ਬਣ ਜੂ ਤੂੰ ਜੀ ਮੈਨੂੰ ਜੋਕ ਹੋ ਮੈਂ ਤਾਂ ਮੈਡਮ ਸਕੂਲ ਦੇ ਪਿੱਛੇ ਤੱਕ ਖੋਤਾ ਹੀ ਬਣਾਉਂਦੀ ਸੀ ਪਹਿਲੀ ਵਾਰ ਆ ਜੇ ਕਿਸੇ ਨੇ ਗਿਆ ਪ੍ਰੈਜ਼ੀਡੈਂਟ ਬਣਾ ਦੂ ਨੀ ਬੇਟਾ ਤੂੰ ਪ੍ਰੈਜ਼ੀਡੈਂਟ ਬਣ ਜਾਏਂਗਾ ਤੂੰ ਰੋਣਾ ਤੂੰ ਮੰਮੀ ਡੈਡੀ ਨੂੰ ਛੱਡ ਦੇ ਤੂੰ ਅਮਰੀਕਾ ਆ ਜਾ ਅਮਰੀਕਾ ਚੱਤੀਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਂਟੀ ਮੈਂ ਆ ਜੂਗਾ ਤੇ ਨਾਲੇ ਨਾ ਤੂੰ ਜਿਵੇਂ ਬਨਵਾ ਸਹੂਲਤਾ ਤਾਂ ਦੱਸ ਦੋ ਕਿਹੜੀਆਂ ਕਿਹੜੀਆਂ ਦੇਵੋਗੇ ਗੋਦ ਲੈਣ ਤੋਂ ਬਾਅਦ ਬੇਟੇ ਰੋਣਾ ਨਹੀਂ ਤੂੰ ਸਹੂਲਤ ਤੂੰ ਇੱਕ ਤਾਂ ਰੋਣਾ ਨਹੀਂ ਹੈਗਾ ਇੱਕ ਤਾਂ ਲਾਲੀਪਾਪ ਨਹੀਂ ਖਾਣਾ ਤੇ ਫਿਰ ਤੂੰ ਸਕੂਲ ਵੀ ਨਹੀਂ ਜਾਣਾ ਤੇ ਤੂੰ ਜਿਹੜਾ ਅਪਸੈਟ ਕਰ ਹੋਊਗਾ ਉਹਨੂੰ ਸੈੱਟ ਕਰ ਦੇ। ਨਹੀਂ ਨਹੀਂ ਮੈਂ ਤਾਂ ਛੱਟ ਨੂੰ ਅਪਸੈਟ ਕਰਨ ਮੈਂ ਆਪਾ ਪਾਪਾ ਗਾੜੇ ਮੈਂ ਤੋ ਕੰਮ ਕਰਾਉਣਗੀ ਮੈਂ ਨਹੀਂ ਫੇੜਾਉਣਾ ਮੈਨੂੰ ਨਹੀਂ ਆਉ ਜੋ ਮੰਮੀ ਪਾਪਾ ਚਾਹੀਦੇ ਜਿਹੜੇ ਕੰਮ ਕਰਾਉਣ ਮੈਤੋ ਮੈਂ ਤਾਂ ਆਪਣਾ ਤੂੰ ਕੰਮ ਕਰ ਸਕੂਲ ਤੂੰ ਨਹੀਂ ਜਾਣਾ ਮੈਂ ਨਹੀਂ ਆਉ ਲਾਲੀ ਪਾਪ ਤੂੰ ਨਹੀਂ ਖਾਣਾ ਮੈਂ ਨਹੀਂ ਖਾਣਾ ਲਾਲੀ ਪਾਪ ਨੇ ਮੈਂ ਚਾਕਲੇਟਾ ਲਿਆ ਦਿਓ। ਅੱਛਾ ਚਾਕਲੇਟਾ ਉਹਦੇ ਨਾਲ ਸ਼ੂਗਰ ਨਹੀਂ ਹੋਊਗੀ ਹੈਨਾ। ਕੋਈ ਗੱਲ ਨਹੀਂ ਮੈਂ ਕੋਈ ਗੱਲ ਨਹੀਂ ਫਿਰ ਸੂਈ ਭਾਵੇਂ ਲਵਾ ਲਿਓ ਪਰ ਮੇਰੇ ਦਿਲ ਦੀ ਚੀਜ਼ ਤਖਵਾਂ ਜਿਹੜੀ ਮੈਨੂੰ ਚੰਗੀ ਲੱਗਦੀ ਆ ਚਲ ਚਾਕਲੇਟਾਂ ਖਵਾਵਾਂਗੇ ਜਿੰਨੀਆਂ ਕਹੇਂਗਾ ਉਨੀਆਂ ਖਵਾ ਦਾਂਗੇ ਚਾਹ ਠੀਕ ਆ ਕੋਈ ਗੱਲ ਨਹੀਂ ਤੁਸੀਂ ਮੈਨੂੰ ਨਾ ਫਿਰ ਮੈਂ ਤੈਨੂੰ ਤੈਨੂੰ ਟਿਕਟ ਭੇਜ ਦੇ ਆ ਫਿਰ ਤੂੰ ਆ ਜੀ ਠੀਕ ਆ ਮੈਂ ਆਂਦੀ ਆਂ ਅੰਟੀ ਮੈਂ ਆ ਜਾਣਾ ਆ ਜਾਣਾ ਮੈਂ ਦੇਖਿਓ ਮੈਂ ਆ ਜਾਣਾ ਤੁਸੀਂ ਨਾ ਤੁਸੀਂ ਤੁਸੀਂ ਆਇਆ ਕਰੋ ਘਰ ਦੇ ਵਿੱਚ ਨਾ ਪਟੋਰੀ ਛੋਲੇ ਬਣਾ ਕੇ ਰੱਖੋ ਮੈਂ ਆਂਦਾ ਮੈਨੂੰ ਬਹੁਤ ਚੰਗੇ ਲੱਗਦੇ ਮੈਂ ਤਾਂ ਚਾਰ ਦਿਨ ਤੋਂ ਭੁੱਖਾ ਵੀ ਪਿਆ ਇੱਥੇ ਆਇਆ ਇਹਨਾਂ ਨੇ ਮੈਨੂੰ 2 ਰੁਪਏ ਦਾ ਇਹ ਲੈ ਕੇ ਦਿੱਤਾ ਇਹ ਤੋਂ ਬਾਅਦ ਕਹਿੰਦੇ ਬਸ ਆਹੀ ਅਫੋਰਡ ਕਰ ਸਕਦੇ ਅਸੀਂ ਨਹੀਂ ਤੈਨੂੰ ਫੋਰਡ ਕਰ ਸਕਦੇ ਨਹੀਂ ਨਹੀਂ ਤੈਨੂੰ ਅਸੀਂ ਇੱਥੇ ਹੈਮਬਰਗਰ ਖਵਾ ਦਾਂਗੇ ਕਿਹੜਾ 버ਗਰ ਖਾਣੇ ਆ ਹਾਂ ਹੈਮਬਰਗਰ ਨੂਡਲਾ ਵਾਲਾ ਨੀ ਨੂਡਲ ਵਾਲਾ ਨਹੀਂ ਰੀਟ ਵਾਲਾ ਹਾਏ ਦੇਖਿਓ ਮੁਰਗੇ ਵਰਗੇ ਏ ਕਰਨ ਖਾਣਾ ਅੱਜ ਲ ਮੁਰਗਾ ਮੈਂ ਸਕੂਲੇ ਬਣਦਾ ਵੀ ਉਹਨਾਂ ਤੇ ਖਾਣਾ ਵੀ ਹੁੰਨਾ ਜਦੋਂ ਮੈडम ਸਕੂਲੇ ਮੈਨੂੰ ਮੁਰਗਾ ਬਣਾਉਂਦੀ ਮੈਂ ਘਰੇ ਆ ਕੇ ਮੰਮੀ ਨੂੰ ਕਹਿੰਦਾ ਅੱਜ ਮੈਂ ਮੁਰਗਾ ਬਣ ਕੇ ਆਇਆ ਤੁਸੀਂ ਮੁਰਗਾ ਬਣਾਓ ਅੱਛਾ ਹਾਂਜੀ ਚਲ ਠੀਕ ਐ ਫੇ ਤੂੰ ਚਲ ਤੂੰ ਹੋਰ ਕੋਈ ਲੱਭ ਲੈ ਫੇ ਹੈ ਚਲ ਤੂੰ ਤਿਆਰੀ ਕਰ ਆਪਣੇ ਕੱਪੜੇ-ਕੁਪੜੇ ਸੂਟ ਕੇਸ ਚ ਪਾ ਲੈ ਤੈਨੂੰ ਟਿਕਟ ਭੇਜ ਦੇਣੀ ਹਾ ਨਾ ਮੈਂ ਲੈਦੀ ਉਹ ਦੇਖਿਓ ਐਡੀ ਮੈਂ ਵੀਰ ਹੁੰਦੇ ਅਮਰੀਕੇ ਵਾਲਾ ਮੈਨੂੰ ਨਵੇਂ ਨਹੀਂ ਲੱਗਦੇ ਆ ਆਪਦੇ ਨਿਆਲੇ ਨੂੰ ਨਵੇਂ ਨਵੇਂ ਕੱਪੜੇ ਮੈਨੂੰ ਲੋ ਆਪਣੇ ਕੱਪੜੇ ਲੈ ਕੇ ਆਲਾ ਮੈਂ ਕਿੱਥੇ ਲੈ ਕੇ ਆਲਾ ਮੈਂ ਤਾਂ ਪਹਿਲੇ ਹੀ ਗਵਾਚਿਆ ਪਿਆ ਓਕੇ ਇੱਥੇ ਲੈ ਦਾਂਗੇ ਚਾਹੇ ਲੈ ਲਿਓ ਬ੍ਰੈਂਡਾ ਬਰੁੰਡਾ ਵਾਲੇ ਚੰਗਾ ਅੱਛਾ ਮੰਮੀ ਪਤਾ ਨਹੀਂ ਇਹਨੇ ਮੰਮੀ ਬਾਹਰ ਨਾ ਗਰੀਬਾ ਨਾ ਹੈਲੋ ਹੈਲੋ ਜੈ ਜੀ ਕੋਲ ਆਂਟੀ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਬੇਟਾ ਜੀ ਤੁਸੀਂ ਕੌਣ ਬੋਲਦੇ ਆਂਟੀ ਮੈਂ ਦਵਿੰਦਰ ਬੋਲੀ ਆ ਕਨੈਕਟ ਕੀ ਕਰਤਾ ਹੂੰ ਯੂਐਸਏ ਤੋਂ ਅੱਜ ਅਈਆ ਜਿਹੜਾ ਨੈਟੀ ਡਾਟ ਤੋਂ ਛੀ ਅੰਟੀ ਦੇ ਕੇ ਮੈਨੂੰ ਗੋਦ ਲੈ ਲਓ ਪਲੀਜ਼ ਦੇ ਕੇ ਹਾਂਜੀ ਹਾਂਜੀ ਆਪਾਂ ਤੁਹਾਨੂੰ ਗੋਦ ਲੈ ਲੰਨੇ ਆ ਮੈਂ ਤੁਸੀਂ ਬੜੇ ਸੋਹਣੇ ਤੁਸੀਂ ਬੜੇ ਸੋਹਣੇ ਲੱਗਦੇ ਬਹੁਤ ਸੈਂਸਮ ਮੁੰਡਾ ਆ ਬਹੁਤ ਸੋਹਣਾ ਲੱਗਦਾ ਮੇਰਾ ਤਾਂ ਦਿਲ ਖੁਸ਼ ਹੋ ਗਿਆ ਤੁਹਾਨੂੰ ਦੇਖ ਕੇ ਤੁਸੀਂ ਫਿਕਰ ਨਾ ਕਰੋ ਅਸੀਂ ਤੁਹਾਨੂੰ ਸਾਡੇ ਮਾਂ ਬਾਪ ਵਾਲਾ ਪਿਆਰ ਦੇਵਾਂਗੇ ਅਸੀਂ ਤੁਹਾਨੂੰ ਅਡਾਪਟ ਕਰ ਲੈਣਾਂਗੇ ਮੇਰੇ ਮੋ ਵੀ ਡੈਡੀ ਦੀ ਯਾਦ ਤੜੀ ਆਉਂਦੇ ਹੋਗੇ ਤੁਸੀਂ ਨਹੀਂ 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 ਮੈਂ ਤੁਹਾਨੂੰ ਸਮੱਸ ਆਪਣੇ ਮੰਮੀ ਡੈਡੀ ਦੀ ਯਾਦ ਆਣੀ ਨਹੀਂ ਦੇਣੀ ਮੈਂ ਤੁਹਾਨੂੰ ਇੰਨਾ ਬਿਜ਼ੀ ਰੱਖਣਾ ਤੁਹਾਨੂੰ ਖੁਸ਼ ਰੱਖਣਾ ਤਸੀਂ ਹਣ ਪਤਾ ਹੀ ਨਹੀਂ ਲੱਗਣਾ ਕਿ ਆ ਜਿੰਦ ਰਿਆ ਨਾਲ ਤੁਹਾਡੇ ਮੰਮੀ ਡੈਡੀ ਕਿੱਥੇ ਹੈਗੇ ਸੀ ਮੈਣਾ ਆਂਟੀ ਦੇਖਿਓ ਮੈਨਾ ਪਿਛਲੇ ਸਾਲ ਨਾਲ ਸਕੂਲੇ ਨਾਲ ਫੇਲ ਹੋ ਗਿਆ ਤੇਰਾ ਮੈਨੂੰ ਘਰ ਦੇ ਡੈਡੀ ਨੇ ਕੁੱਟ-ਕੁੱਟ ਕੇ ਮੈਲਾ ਫਜੀਤਾ ਕੱਢਦਾ ਮੈਨੂੰ ਕਹਿੰਦੇ ਵੀ ਦੇ ਸਾਹਮਣੇ ਵਾਲਿਆਂ ਦੀ ਕੁੜੀ ਨੂੰ ਦੇਖ ਹੈ ਮੈਂ ਕਿਹਾ ਉਹਨੂੰ ਹੀ ਤਾਂ ਦੇਖਦਾ ਰਿਹਾ ਸਾਰਾ ਸਾਲ ਤਾਈ ਤਾਂ ਫੇਲ ਹੋ ਗਿਆ ਆਲਾ ਖਾਲਾ ਔਰ ਨਹੀਂ ਨਹੀਂ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਪੜ੍ਹਾਵਾਂਗੇ ਸਾਨੂੰ ਹੁਸ਼ਿਆਰ ਬੱਚਾ ਬਣਾਵਾਂਗੇ ਤੁਸੀਂ ਇਦਾਂ ਦੀ ਗੱਲ ਨਾ ਕਰੋ ਰੋਵੋ ਨਾ ਆਪਾਂ ਤੁਹਾਨੂੰ ਆਪਣੇ ਕੋਲ ਬੁਲਾ ਲੈਣਾ ਆ ਠੀਕ ਆਏ ਹੋਏ ਆਂਟੀ ਇਹ ਕਿਤਾਏ ਮਿਲੇ ਆਂ ਆੜੀ ਬਹੁਤ ਬੇਤਮੀਜ਼ ਹੈਗਾ ਇਹਨੇ ਨਾ ਵਿੱਚ ਪੈਂਟ ਦੀ ਸੁਸੂ ਕਰਤਾ ਮੈਂ ਤੇ ਡਾਈਪਰ ਚੇਂਜ ਕਰਕੇ ਆਇਆ ਬ੍ਰੇਕ ਲੈ ਲੈ ਤਾ ਤੂੰ ਹੁਣ ਮਨ ਦੁਖੀ ਕਰਾ ਨਾ ਮੈਂ ਤੇਰੇ ਵੱਟ ਕੇ ਚੰਦ ਮੰਨਨੀ ਆ ਦੇਖੀ ਮਾਂ ਮੈਂ ਦੁਖੀ ਕਰਿਆ ਆਪਿਆ ਮੈਂ ਬਬਾ ਵਾਪਸ ਆ ਗਿਆ ਐ ਦੇ ਵਿਚ ਇਹਨੇ ਏਦਾਂ ਕਹਤਾ ਸੀ ਹੁਣ ਠੀਕ ਆ ਨਾਲੇ ਨਾ ਮੈਂ ਤੁਹਾਨੂੰ ਗੱਲ ਦੱਸਾਂ ਪਤਾ ਜਦੋਂ ਨਾ ਮੈਂ ਨਾ ਛੋਟਾ ਸੀ ਨਾ ਤੇ ਮੈਂ ਨਾ ਮਤਲਬ ਜ਼ਿਆਦਾ ਹੀ ਛੋਟਾ ਸੀਗਾ ਕੁਛ ਮੈਂ ਨਾ ਆਪਦੇ ਡੈਡੀ ਨੂੰ ਕਹਾਂ ਮੈਂ ਡਾਡੀ ਡਾਡੀ ਹਾ ਦੇ ਕਿਉਂ ਮੈਂ ਇਨਾ ਵੱਡਾ ਕਦੋਂ ਹੋਊਂਗਾ ਜਦੋਂ ਮਮੀ ਨੂੰ ਬਗੈਰ ਦੇ ਸਮੇ ਘਰੋਂ ਬਾਹਰ ਜਾ ਸਕੂੰਗਾ ਡੈਡੀ ਕਹਿੰਦੇ ਇਨਾ ਵੱਡਾ ਤਾਂ ਤੱਕ ਮੈਂ ਨਹੀਂ ਹੋਇਆ ਬੁਗਾਇਰ ਪੁੱਛੇ ਜਾ ਸਕੋ ਜਲ ਚੰਗਾ ਹੋਇਆ ਮੇਰੇ ਗਲੋਂ ਫਾਹ ਲੈ ਗਿਆ ਉਹੀ ਮੈਨੂੰ ਅਮ ਝੜਕਾ ਮਾਰਦੇ ਸੀ ਸਕੂਲ ਲੈ ਜਾਸ ਤੂੰ ਲੈ ਮੈਂ ਨਾ ਜਾਣਾ ਤੂੰ ਲੈ ਸਟਾਲੇ ਕੋਈ ਮੈਨੂੰ ਆਪਣਾ ਕੋਈ ਹੋਰ ਗੋਦ ਲੈ ਲੂ ਮੈਂ ਚੱਲ ਜਾਣਾ ਅਮਰੀਕਾ ਨੂੰ ਹਲੋ ਹੈਲੋ ਹਾਂ ਜੀ ਸੱਚੀ ਗਾਲ ਆਂਟੀ ਸਾਸਰੀ ਗਾਲ ਨਹੀਂ ਜਿਹੜਾ ਵੀ ਆ ਤੁਹਾਡੇ ਕੋਲ ਸਾਥੀ ਆ ਤੁਹਾਡਾ ਇਹ ਬੜਾ ਕਿਊਟ ਹੈ ਆ ਤਾਂ ਮੇਰਾ ਆਵਾਜ਼ ਚ ਬੰਦਾ ਆ ਰਹੀ ਆ ਹਾਂਜੀ ਤੈਨੂੰ ਵੀ ਦੇਖ ਲੈ ਲੋਕੀ ਕਹਿੰਦੇ ਇਹ ਜਾਗਦਾ ਹੀ ਰਹਿੰਦਾ ਕਦੀ ਸੁੱਤਾ ਹੀ ਹੈ ਨਹੀਂ ਇਹ ਤਾਂ ਜਿੰਨੀਆਂ ਮਰਜ਼ੀਆਂ ਚੰਡਾ ਮਾਰ ਲਵਾਵੇ ਸੌਂ ਜਾ ਥੋੜਾ ਆ ਦੇਖੋ ਹੁੰਦਾ ਹੀ ਹੈ ਨਹੀਂ ਰੋਂਦਾ ਵੀ ਹੈ ਨਹੀਂ ਅੱਛਾ ਨਾ ਇਹਨੂੰ ਵੀ ਫਿਰ ਨਾਲ ਹੀ ਗੋਦ ਲੈ ਲਾਂਗੇ ਆਂਟੀ ਮੈਂ ਤਾਂ ਪਹਿਲਾਂ ਹੀ ਆਫਰ ਦਿੱਤੀ ਸੀਗੀ 1+1 ਫ੍ਰੀ ਕਿਉਂਕਿ ਨਾ ਇੰਡੀਆ ਦੇ ਲੋਕ ਜਿਹੜੇ ਹੁੰਦੇ ਨਾ ਜਿੱਥੇ ਵੀ ਸੇਲ ਲੱਗੀ ਹੁੰਦੀ 1+1 ਫ੍ਰੀ ਲਿਖਿਆ ਹੁੰਦਾ ਉੱਥੇ ਤਾਂ ਜਰੂਰ ਜਾਂਦੇ ਚਲੋ ਵਧੀਆ ਤੇ ਬਾਕੀ ਜਿਹੜਾ ਤੁਸੀਂ ਕਿਹਾ ਵੀ ਮੈਨੂੰ ਸ਼ਰਤਾਂ ਜਿੱਥੇ ਤੁਸੀਂ ਚਾਹੇ ਉੱਥੇ ਘਮਾਉਣ ਲੈ ਕੇ ਜਾਣ ਜਿਹੜਾ ਖਾਣਾ ਉਹ ਥੋੜੀ ਉਹ ਤਾਂ ਫਿਰ ਸਾਡੇ ਮਤਾਂਕ ਚੱਲਣਾ ਪਊ। ਆਂਟੀ ਦੋਖੀ ਪਹਿਲੇ ਵਾਲੇ ਮੰਮੀ ਡੈਡੀ ਵੀ ਐਂ ਕਰਦੇ ਸੀ ਸਾਰੇ ਮੰਮੀ ਡੈਡੀ ਐਂ ਕਰਦੇ ਹੁੰਦੇ ਆ। ਹੋ ਹੋ। ਯਾ ਤੁਸੀਂ ਡੈਡੀ ਮੰਮੀ ਬਣੋਗੇ ਉਦੋਂ ਪਤਾ ਲੱਗੂ ਨੇ ਐਵੇਂ ਕਰਦੇ ਹੁੰਦੇ ਆ ਮੰਮੀ ਡੈਡੀ। ਲੈ ਮੈਂ ਮੰਮੀ ਕਿੱਥੋਂ ਬਣੂਗਾ ਮੈਂ ਤਾਂ ਡੈਡੀ ਬਣੂਗਾ। ਮੈਂ ਕਿੱਥੋਂ ਬਣੂਗਾ। ਯਾ ਤੁਸੀਂ ਡੈਡੀ ਯਾ ਤੁਸੀਂ ਡੈਡੀ ਬਣੇ ਉਦੋਂ ਪਤਾ ਲੱਗੂ। ਡੈਡੀ ਬੋ ਵੀ ਆਈ ਕਰਦੇ ਮੇਰੇ ਤੋਂ ਮੈਡਮ ਨੇ ਕਿਹੜੀ ਪੁੱਛਿਆ ਸੀਗਾ ਸਕੂਲੋਂ ਕਹਿੰਦੇ ਵੱਡਾ ਹੋ ਗਿਆ ਕੀ ਬਣੂਗਾ ਤੂੰ ਮੈਂ ਤਾਂ ਕਹਦਾ ਸੀ ਮਾਤਾ ਡੈਡੀ ਬਣੂਗਾ ਬਸ ਡੈਡੀ ਤਾਂ ਬਣੀ ਜਾਣਾ ਪਰ ਪੜ੍ਹ ਲੈ ਕੇ ਵੀ ਕੁਝ ਬਣਨਾ ਚਾਹੀਦਾ ਕਾਪਣਾ ਮੰਟੀ ਕਾਪਣਾ ਇੱਥੇ ਤੋਂ ਤੁਲੇ ਤਾਂ ਮੈਡਮ ਸਾਡੇ ਸਵੇਟਰਾ ਬੁੰਦੀ ਰਹਿੰਦੇ ਉਦੋਂ ਆਈ ਤਾਂ ਸੀਗੀ ਇੱਥੇ ਐਨ ਕੁਝ ਨਹੀਂ 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 ਇੱਥੇ ਇਹ ਤੁਸੀਂ ਜਿਆਦਾ ਇੱਥੇ ਆ ਗਏ ਇੱਥੇ ਤਾਂ ਫਿਰ ਪੜ੍ਹਨਾ ਪਊ ਇਹਦੀ ਬੰਨੇ ਬੋਦਸੂ ਕਿੱਤੋ ਜਾਂ ਦਸੂ ਦਾ ਅੰਟੀ ਕੋ ਰੈਪਰਾ ਲਿਓ ਦੇਖੀ ਕੀ ਇੱਥੇ ਬਲੈਕ ਬੋਰਡ ਜਾਲਾ ਲਿਓ ਸਲੇਟੀ ਲੈ ਲੂ ਬੈਹ ਜੂ ਮੈਂ ਤੋ ਲਪੁੰਜੇ ਨਹੀਂ ਨਹੀਂ ਸਕੂਲ ਵਧੀਆ ਸਕੂਲੋਂ ਡਰੇਗਾ ਸਕੂਲੋਂ ਪੜੇਗਾ ਤੂੰ ਡਰਨਾ ਨਹੀਂ ਨਾ ਮੈਨੂੰ ਸਾਡੇ ਮੰਮੀ ਦਾੜੀ ਸਕੂਲ ਹੀ ਭੇਜਣ ਵਾਲੇ ਮਿਲਦੇ ਪਏ ਮੈਂ ਤਾਂ ਦਾੜੀ ਮੰਮੀ ਚ ਇੰਝ ਤਾਂ ਹੀ ਕਰਨੀ ਸੀਗੇ ਸਕੂਲੋਂ ਭੇਜਣ ਨੂੰ ਵਿੱਚ ਵਿੱਚ ਫੋਰਸ ਕਰੀ ਜਾਂਦੇ ਮੈਨੂੰ ਚੱਲ ਫਿਰ ਜੇ ਨਹੀਂ ਸਕੂਲੇ ਕੰਮ ਜਾ ਜਾਣਾ ਨਾ ਮਗਰ ਨਾਲ ਤੇ ਕੰਮ ਕਰ ਲਈ ਕਾਦਾ ਕੰਮ ਹੋਣਾ ਮੈਨੂੰ ਕਿਚਨ ਚ ਕੰਮ ਕਰਨਾ ਪਊ ਫਿਰ ਤਾਂ ਸਕੂਲ ਹੀ ਠੀਕ ਆ ਨਹੀਂ ਕਿਹਾ ਹੋਇਆ ਜੇ ਤੂੰ ਜਾਂਗਾ ਹੋਰ ਤਾਂ ਕਿਤੇ ਕਰ ਨਹੀਂ ਸਕਦਾ ਮਕਨਾਨਲ ਤੇ ਕਿਚਨ ਚ ਕਰ ਲਈ ਮੈਂ ਨਹੀਂ ਕਾਦਾ ਕੰਮ ਕੁਮ ਮੈਂ ਸਕੂਲ ਲਈ ਠੀਕ ਆ ਉੱਥੇ ਹੀ ਆਪਨਾ ਬਸ ਉੱਥੇ ਹੀ ਠੀਕ ਆ ਮੈਡਮ ਕੁੱਟ ਕੇ ਮੈਨੂੰ ਮੁਰਗਾ ਬਣਾ ਦਿਆ ਕਰੂਗੀ ਮੈਂ ਕਲਾਸੋਂ ਬਾਹਰ ਰਿਆ ਕਰੂੰਗਾ ਤੁਸੀਂ ਸੋਚਿਆ ਕਰੋਗੇ ਮੈਂ ਪਰ ਕੇ ਆਇਆ ਨਹੀਂ ਇਹ ਤਾਂ ਫਿਰ ਮੈਡਮ ਕਾਲ ਕਰਕੇ ਇੱਥੇ ਦੱਸਿਆ ਵੀ ਕਰੂਗੀ ਵੀ ਤੁਹਾਡੇ ਬੱਚਾ ਤੁਹਾਡੇ ਸਕੂਲਾਂ 'ਚ ਫੋਨ ਵੀ ਲੱਗਦੇ ਹੁੰਦੇ ਆ ਲਾਹੌਰ ਹਾਂ ਸਾਡੇ ਸਕੂਲਾਂ ਦੇ ਤਾਂ ਫੋਨਾਂ ਦੀਆਂ ਤਾਰਾਂ ਬੱਚੇ ਹੀ ਕੱਟ ਦਿੰਦੇ ਹੁੰਦੇ ਸੀਗੇ ਨਹੀਂ 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 ਇੱਥੇ ਤਾਂ ਮੈਡਮ ਬਕਾਇਦਾ ਦੱਸੂ ਵੀ ਅੱਜ ਤੁਹਾਡੇ ਬੱਚੇ ਨੇ ਕੰਮ ਨਹੀਂ ਕੀਤਾ ਤੁਹਾਡੇ ਬੱਚਾ ਬਾਹਰ ਰਿਹਾ ਇਹ ਗੱਲ ਖੁਸ਼ੀ ਸੋਚੀ ਤੂੰ ਤੁਰੀ ਹੋਏ ਜਰਾ ਜਾਣਾ ਚਲਾ ਚਲਾ ਦੰਗਾ ਦਲਾ ਦਾ ਮਮਾ ਜੰਗ ਉਹ ਤੂੰ ਤੈਨੂੰ ਜਾਣਾ ਦਾ ਚੱਲ ਜਾ ਤੂੰ ਤਾਂ ਲੱਗਦਾ ਵੀ ਗੋਰੀਆਂ ਵਰਗਾ ਮੇਰਾ ਦੇਖ ਵਿਚਾਲੇ ਦਾ ਕਿਉਂ ਬਣੂ ਉੱਥੇ ਮੈਨੂੰ ਕਿਸੇ ਨੇ ਨਹੀਂ ਰਖਣਾ ਆਂਟੀ ਦੇ ਨੂੰ ਗੋਦ ਲੈ ਲੈ ਕੰਦਾ ਆਂਟੀ ਮੈਨੂੰ ਗੋਦ ਲੈ ਲੈ ਤੂੰ ਮੈਨੂੰ ਛੱਡ ਕੇ ਚਲ ਜਾਵੇਂਗਾ ਚੱਲ ਜੂਗਾ ਨਹੀਂ ਨਹੀਂ ਦੋਹਾਂ ਨੂੰ ਲਵਾਂਗੇ ਠੀਕ ਆਂਟੀ ਮੈਂ ਸੋਚਦਾ ਮੈਨੂੰ ਤਾਂ ਪਹਿਲਾਂ ਸੋਚਣਾ ਪੈਣਾ ਤੂੰ ਤੂਲੇ ਜਾਣ ਵਾਲੇ ਮੰਮੀ ਡੈਡੀ ਚਾਹੀਦਾ ਮੈਨੂੰ ਬੱਸ ਨਹੀਂ ਨਹੀਂ ਫਿਰ ਤੇਰੇ ਕੋਲ ਇੱਕ ਆਪਸ਼ਨ ਹੋਰ ਵੀ ਹੈ ਜੀ ਜਮਕਡਨ ਨਾਲ ਤੇ ਕੰਮ ਕਰ ਲੈ ਕੀ ਕਮਲ ਹੋ ਜੁਕੇ ਦਾਦਾਾਂ ਚ ਸ਼ਾਮ ਨੂੰ ਫੋਨ ਕਰਦਾ ਬਟਿਆ ਓਕੇ ਬਾਏ ਬਾਏ ਦੂਜੇ ਮੰਮੀ ਡੈਡੀ ਹੋਣੇ ਪੱਕਾ ਕੋਈ ਦੇਵਾ ਦੋ ਕੋਈ ਆਉਜੇ ਜਿਹੜੇ ਨਾਸ ਗੁੱਲ ਭੇਜਣ ਹੈਲੋ ਹੈਲੋ ਸਸੀ ਗਾ ਹਾਂਜੀ ਸਸੀ ਗਾ ਮੈਂ ਬੋਲੇ ਚੱਕਰ ਸਿੰਘ ਕਨੇਡੀਅਨ ਹਾਂ ਮੈਂ ਕੀ ਮੰਡਿਆ ਤੇ ਲਾਲੀਪਾਪ ਖਾਣੀ ਬੰਦ ਕਰ ਦੰਦ ਨੂੰ ਸੜ ਗਏ ਤੇ ਕਿ ਕੁੜੀ ਨਹੀਂ ਲਬੜੀ ਤੈਨੂੰ ਕੁੜੀਆਂ ਐਡੂਲਾ ਕੁੜੀਆਂ ਤਾਂ ਕੱਡੀਆਂ ਫਿਰਦੀਆਂ ਸਾਰੀਆਂ ਲੈ ਸਾਰੇ ਸਕੂਲ ਚ ਪਤਾ ਕੁੜੀਆਂ ਮੇਰੀਆਂ ਕਿੱਡੀਆਂ ਫੈਨ ਆ ਅੰਕਲ ਜੀ ਮੈਂ ਸਾਰੀਆਂ ਕੁੜੀਆਂ ਨੂੰ ਕੱਲੇ ਕੱਲੇ ਨੂੰ ਕਮਾਲ ਲੈ ਕੇ ਜਾਂਦਾ ਹੁਣ ਸਾਰਿਆਂ ਨੂੰ ਲਾਲੀ ਪੱਪੇ ਇਹ ਦੇ ਲਓ ਸਾਰਿਆਂ ਨੂੰ 200 ਰੁਪਏ ਦੇ ਲੈ ਕੇ ਦੇ ਨੜੇਲੀ ਡੈਡੀ ਦੇ ਪਿੱਛੇ ਕੁੜੀਆਂ ਪੱਖੀਆਂ ਆਉਂਦੀਆਂ ਮੁੰਡਿਆ ਤੂੰ ਹੀ ਮੈਨੂੰ ਗੋਦ ਲੈ ਲਓ ਦੇਖੀ ਕੋਈ ਗੱਲ ਛਰਾ ਦਿਓ ਲਾਲੀ ਪੱਪ ਪਰ ਮੈਨੂੰ ਸਦੁੱਲੇ ਨਾਲ ਭੇਜਿਓ ਬਸ ਸਦੁੱਲੇ ਨਾਲ ਭੇਜਿਓ ਮਾ ਨਹੀਂ ਜਾਂਦਾ ਉਹ ਬਸ ਤੋਂ ਲਾਲੀ ਪੱਪ ਖਣੀ ਬੰਦ ਕਰ ਫਿਰ ਮੈਂ ਤੁਹਾਨੂੰ ਗੋਦ ਲੈਣਾ ਲੈ ਲਓਗੇ ਆ ਇਹ ਇਹਦੇ ਮੂੰਹ ਚ ਠੂਸ ਦਿੰਨੀ ਵਾਲਾ ਲੈ ਬਾਬ ਤੁਸੀਂ ਮੈਨੂੰ ਦੱਸੋ ਮੈਨੂੰ ਮੇਰੇ ਨਾਂ ਤੇ ਇਹਦੀ ਜ਼ਮੀਨ ਲਵਾ ਕੇ ਤੇ ਕੋਠੀ ਬਣਾ ਕੇ ਦੇਉਂਗੇ ਉੱਥੇ ਹਾਂ ਹਾਂ ਬਸ ਮੈਂ ਤਾਂ ਭਾਈ ਚਾਚ ਭੇਜਣਾ ਹੁਣੇ ਆ ਜਾ ਫਿਰ ਉਹ ਤੇਰੀ ਉਹ ਜੋ ਚੁਬੇ ਕੇ ਜਾਣਾ ਆਹੋ ਮੈਂ ਤਾਂ ਜੋ ਚੁਬੇ ਕੇ ਡਰ ਬਹੁਤ ਲੱਗਦਾ ਮੈਂ ਤਾਂ ਪਾਇਲਟ ਤੇ ਜਾ ਕੇ ਚੁੰਡੀਆਂ ਮਾਰਨੀਆਂ ਮੈਂ ਉਹਨੂੰ ਕਹਿਣਾ ਮੈਨੂੰ ਪਹਿਲਾਂ ਹੀ ਡਰ ਲੱਗਦਾ ਤੂੰ ਉੱਪਰੋਂ ਦੇ ਹੋਰ ਸਟੰਟ ਮਾਰ ਕੇ ਜਹਾਜ਼ ਨੂੰ ਉਡਾਈ ਜਾਣਾ ਉਹ ਤੋਂ ਅੰਦਰ ਨਾ ਬੈਠੀ ਉੱਤੇ ਬੈਜੇਂ ਹਜਾਜ ਤੇ ਹਾਂ ਦੇਖਿਓ ਤੁਸੀਂ ਆਜੋ ਆਪ ਆਪਣੇ ਲੂਣ ਨਾਲ ਤੇ ਚਲਾਂਗੇ ਮੇਰੇ ਡੈਡੀ ਦੀ ਲੂਣ ਨਾਲ ਖੜੀ ਹੋਣੀ ਆਪਾਂ ਚੋਰੀ ਚੁੱਪੜਾ ਉੱਥੇ ਚાલ ਜਾਵਾਂਗੇ ਅੰਕਲ ਮੈਂ ਤਾਂ ਹੁਣ ਤੋਂ ਡੈਡੀ ਕਹੂੰ ਡੈਡੀ ਡੈਡੀ ਮੈਂ ਆਉਣਾ ਜੀ ਆਉਣਾ ਮੈਂ ਲੈਣ ਲਈ ਆ ਜਾ ਫਿਰ ਆਜੋ ਮੈਂ ਠੀਕ ਹਾਂ ਮੈਂ ਮੈਂ ਦੇਖੀ ਹੁਣੀ ਚਲ ਜਾ ਡੈਡੀ ਬਹੁਤ ਚੰਗਾ ਡੈਡੀ ਡੈਡੀ ਮੇਰੇ ਸਤੁੱਲਾ ਤਾਂ ਨੇ ਭੇਜੂਗੇ ਉਹ ਆ ਕੇ ਪਹਿਲੇ ਦੰਤ ਦੇਖਾਂ ਤੇਰੇ ਜੇ ਦੰਦ ਛੜ ਗਏ ਹੋਣ ਲੌਲੀ ਪਾਪਨਾ ਤੇ ਸਕੂਲ ਕਿਵੇਂ ਭੇਜੂ ਤੈਨੂੰ ਕੋਈ ਗੱਲ ਨਹੀਂ ਜੇ ਤੁਸੀਂ ਮੈਂ ਲਾਲੀਪਾਪ ਖਾऊं ਤੁਸੀਂ ਮੈਨੂੰ ਸਕੂਲ ਨਹੀਂ ਭੇਜੂਗੇ ਨਾ ਨਾ ਫਿਰ ਕਰੇ ਰਹੀ ਥਮ ਫੇਠੀਗਾ ਫਿਰ ਤਾਂ ਮੈਂ ਖਾऊं ਲਾਲੀਪਾਪ ਦਾ ਡੱਬਾ ਮੰਗਾ ਲਓ ਹੂੰ ਫਿਰ ਦੱਸੋ ਮੈਂ ਤਾਂ ਕਈ ਜਨੋ ਫੇਠੀਗਾ ਮੈਂ ਆਇਆ ਇਹ ਤਾਂ ਮਿੰਟੇ ਵਾਲਾ ਡੈਡ ਪੱਕਾ ਗਾ ਲਓ ਲੈ ਡੈਡੀ ਦਾ ਨੰਬਰ ਲੈ ਲਓ ਹਾਏ ਦੁਖੀ ਬਹੁਤ ਚੰਗੇ ਡੈਡੀ ਮਿਲਿਆ ਮੈਂ ਤਾਂ ਆਹੀ ਵਾਲਾ ਡੈਡੀ ਪੱਕਾ ਕਰਤਾ ਕਿਉਂਕਿ ਉਹ ਪਿਛਲੀ ਜਿਹੜੀ ਆਂਟੀ ਨੇ ਫੋਨ ਕੀਤਾ ਸੀ ਮੈਂ ਮੰਮੀ ਵੀ ਕਹਿੰਦੇ ਸੀ ਮिन्नू ਨਾ ਕਹਿੰਦੇ ਵੀ ਤੈਨੂੰ ਮੈਟ ਡੋਨਲਡ ਚਲਾਉਂਗੇ ਕੰਮ ਕਰਨ ਲਈ ਉੱਥੇ ਮੈਂ ਨਹੀਂ ਕੰਮ ਕਰਨਾ ਮੈਂ ਤਾਂ ਸਤੂਲੇ ਨਹੀਂ ਜਾਂਦਾ ਮੈਂ ਤਾਂ ਸਤੂਲੇ ਨਾ ਜਾਣਾ ਲੈ ਮੰਮੀ ਡੈਡੀ ਚਾਹੀਦੇ ਹੋਰ ਕਿਹਜਦਾ ਹੈਗਾ ਮੰਮੀ ਡੈਡੀ ਦੇ ਕੋਲ ਹੋਰ ਵਧੀਆ ਆਫਰ ਆ ਦਿੰਦਾ ਹੋਵੇ ਹੈਂ ਤਾਂ ਕੋਈ ਗੱਲ ਨਹੀਂ 1 ਮਿੰਟ ਮੈਂ ਗੱਲ ਸੁਣੋ ਪਤਾ ਕੀ ਆ ਸਾਰੇ ਨਾ ਮੈਨੂੰ ਕਹੀ ਜਾਂਦੇ ਵੀ ਤੈਨੂੰ ਸਤੂਲੇ ਪਾਣੇ ਨਹੀਂ ਪਾਣਾ ਹੈਨਾ ਪਰ ਮੈਂ ਇਹੇ ਸੋਚਦਾ ਜਿਵੇਂ ਸਤੂਲੇ ਪੜਨਾ ਨਾ ਆ ਗਿਆ ਫਿਰ ਮੈਂ ਜ਼ਿੰਦਗੀ ਚ ਬਣੂਗਾ ਕਿਆ ਫਿਰ ਤਾਂ ਮੈਨੂੰ ਇਹਦੇ ਵਾਂਗੂ ਵੀ ਕਿਸੇ ਨਿਆਉਂ ਪਰੇ ਚ ਖੁੰਝੇ ਚ ਬਾਕੇ ਬਖੇ ਮੇਰੇ ਗੱਲ ਸੁਣੋ ਸਤੂਲੇ ਚੱਲੀਏ ਵੀਰੇ ਹੈ ਆ ਕਹਿੰਦਾ ਵੀ ਸਤੂਲੇ ਜਾਇਆ ਕਰਨਾ ਚਾਹੀਦਾ ਕੋ ਜਿਹੜੇ ਬੱਚੇ ਨਾ ਛੋਟੇ ਛੋਟੇ ਸਵੇਰੇ ਸਵੇਰੇ ਜਿੱਦਾਂ ਕਰਦੇ ਹੁੰਦੇ ਨਾ ਵੀ ਹੌਮਡੇ ਨਹੀਂ ਜਾਣਾ ਮੈਂ ਨਹੀਂ ਜਾਂਦਾ ਮੈਂ ਨਹੀਂ ਜਾਂਦਾ ਵੀ ਉਹਨਾਂ ਨੂੰ ਨਾ ਫਿਰ ਨਾ ਇਦਾਂ ਨਾ ਥਾਂ ਥਾਂ ਤੇ ਜਾ ਕੇ ਕੰਮ ਕਰਨਾ ਪੈਂਦਾ ਮੈਂ ਮੈਂ ਤਾਂ ਵੱਡਾ ਹੋ ਕੇ ਕੁਝ ਬਣਨਾ ਚਾਹੁੰਦਾ ਸੀਗਾ ਮਾ ਬਰ ਨਾ ਗਿਆ ਦੱਸ ਮੇਰੇ ਡਾਕਟਰ ਵੀ ਕਿੱਥੇ ਬਣਨਾ ਇੱਥੇ ਤਾਂ ਫਰਜੀ ਡਿਗਰੀਆਂ ਵਾਲੇ ਡਾਕਟਰ ਬੜੀ ਚੱਲੀ ਜਾਂਦੇ ਚਾ ਕੋਈ ਗੱਲ ਨਹੀਂ ਦੇਖਦੇ ਆ ਪਰ ਤੁਸੀਂ ਮੈਨੂੰ ਗੋਦ ਲਾ ਕੇ ਜੇ ਕੋਈ ਘਾਟ ਜੀ ਚੀਜ਼ ਦੱਸੋਗੇ ਨਾ ਮੈਂ ਹੋ ਸਕਦਾ ਤੁਹਾਨੂੰ ਤੁਹਾਡੀ ਗੁੱਦ ਚੜ ਜਾਂ ਤੋਡੇ ਨਾਲ ਹੀ ਰਹਿਣ ਲੱਗ ਪਾਂ ਤੇ ਮੈਨੂੰ ਫੋਨ ਕਰਕੇ ਗੋਦ ਲੈ ਸਕਦੇ ਮੈਂ ਆਖਰੀ ਆਫਰ ਦੇਣਾ ਇਹਤੋਂ ਵਾਰ ਮੈਂ ਚੱਲ ਜਾਣਾ ਨਹੀਂ ਤਾਂ ਮੈਂ ਆ ਪਿਛਲੇ ਡੈਡੀ ਨੂੰ ਪੱਕਾ ਕਰ ਦੇਣਾ ਕਿਉਂਕਿ ਇਹਨਾਂ ਨੇ ਮੈਨੂੰ ਜਿਹੜੇ ਆਪਣਾ ਲਾਲੀ ਪਾਪ ਵੀ ਖਾਣ ਦੇ ਰਿਹਾ ਫਿਰ ਕਹਿੰਦੇ ਲਾਲੀ ਪਾਪ ਖਾਏਗਾ ਤਾਂ ਮੈਂ ਸਕੂਲੇ ਨਹੀਂ ਚਾਹ ਦੂੰਗਾ ਪਰ ਜੇ ਮੈਂ ਲਾਲੀ ਪਾਪ ਖਾਦੇ ਤਾਂ ਮੇਰੇ ਦੰਦ ਵੀ ਤਾਂ ਖਰਾਬ ਹੋ ਜਾਣੇ ਆ ਫਿਰ ਇਹਨੇ ਮੈਨੂੰ ਡਾਕਟਰ ਦੇ ਕੋਲ ਲੈ ਜਾਣਾ ਹਾਏ ਮੈਂ ਕੀ ਕਰਾਂ ਮੈਂ ਤਾਂ ਕਨਫਿਊਜ਼ ਹੀ ਹੋ ਗਿਆ ਚੱਲ ਕੋਈ ਗੱਲ ਨਹੀਂ ਵੀਰੇ ਆਪਾਂ ਤਾਂ ਬੈਕ ਡਿਸਾਈਡ ਕਰਦੇ ਆ ਇਹਨਾਂ ਸਾਰਿਆਂ ਦੇ ਫੋਨ ਸੁਣਾਗੇ ਜਿਨ੍ਹਾਂ ਨੇ ਸਾਨੂੰ ਫੋਨ ਕੀਤਾ ਸੀ ਵੀ ਜਿਹੜਾ ਮੰਮੀ ਪਾਪਾ ਸਾਨੂੰ ਚੰਗੇ ਲੱਗੇ ਨਾ ਬੈਸਟ ਹੋਏ ਤਾਂ ਫਿਰ ਆਪਾਂ ਉਹਨਾਂ ਦੀ ਗੈਰ ਹੀ ਚੱਲ ਜਾਣਾ ਪੁਰਾਣਿਆਂ ਨਾਲ ਤਾਂ ਮੈਂ ਨਹੀਂ ਜਾਂਦਾ ਮੈਂ ਨਹੀਂ ਜਾਂਦਾ ਮੈਂ ਚੱਲ ਜਾ ਹੁਣ